ਹੈ ਮੁਹਤਰਮਾ ਹਾਂਜੀ ਜੀ ਮੈਂ ਐਸਾ ਲੜਕਾ ਨਹੀਂ ਹਾਂਜੀ ਦੇ ਫਿਰ ਕੋਈ ਵਧੀਆ ਜਿਹਾ ਮਸ਼ਵਰਾ ਵੀ ਕਿੱਥੇ ਲਾਈਏ
ਮੈਂ ਫੇ ਕਹਿੰਨੀ ਆ 4-5 ਲੱਖ ਰੁਪਿਆ ਲਗਾ ਕੇ ਨਾ ਤੇ ਆਪਣੇ ਫੀਕੇ ਨੂੰ ਅਮਰੀਕਾ ਕਰ। ਅਮਰੀਕਾ 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 ਜਿਹਦੇ ਮੂੰਹ ਚ ਸੁਣੋ ਅਮਰੀਕਾ, ਓਏ ਅਮਰੀਕਾ ਚ ਐਸਾ ਕੀ ਹੈ ਜਿਹੜਾ ਪਾਕਿਸਤਾਨ ਚ ਨਹੀਂ? ਅੱਲਾ ਨੇ ਹਰ ਸ਼ਾਇ ਪਾਕਿਸਤਾਨ ਨੂੰ ਦਿੱਤੀ, ਫਿਰ ਅਮਰੀਕਾ। ਉੱਥੇ ਭਾਟੀ ਲੁਹਾਰੀ ਹੈ, ਉੱਥੇ ਕਦੀ ਅਚਾਨਕ ਪਿੱਛੋਂ ਲੱਕ ਚਿੱਟਾ ਆਉਂਦਾ ਵੱਜਾ? ਏਡੀ ਵੱਡੀ ਦੁਨੀਆ ਅਮਰੀਕਾ, ਉੱਥੇ ਦਾਤਾ ਸਰਕਾਰ ਵਰਗੀ ਹਸਤੀ ਹੈ, ਬੰਦਾ ਸਾਰੀ ਦੁਨੀਆਦਾਰੀ ਕਰਕੇ ਇੱਕ ਵਾਰੀ ਦਾਤਾ ਸਰਕਾਰ ਵੱਲ ਵੇਖੇ ਸਕੂਨ ਹੋ ਜਾਂਦਾ। ਉਹ ਹਯਾ ਨਹੀਂ ਆਉਂਦੀ ਇਹਨਾਂ ਮੁੰਡਿਆਂ ਨੂੰ, ਓਏ ਡਾਕਟਰ ਬਣਦੇ ਆ ਇੱਥੇ, ਇੰਜੀਨੀਅਰ ਬਣਦੇ ਆ ਇੱਥੇ, ਅਤੇ ਖਿਦਮਤ ਜਾ ਕੇ ਅਮਰੀਕਾ ਦੀ ਕਰਦੇ ਹੋਏ। ਏਡਾ ਬੇਹਯਾ ਮੁਲਕ, ਇਹ ਜਿਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਨਾ ਅਮਰੀਕਾ, ਇੱਕ ਦਿਨ ਦੁਨੀਆ ਦੇ ਨਕਸ਼ੇ ਤੋਂ ਅਮਰੀਕਾ ਦਾ ਨਾਂ ਹੀ ਮਿਟ ਜਾਣਾ, ਫਿਰ ਦੂਰ ਵੀ ਨਾ ਲਾ ਕੇ ਬੈਠੇ ਹੋਣਗੇ, ਇੱਥੇ ਹੁੰਦਾ ਹੀ ਖੈਰ ਦੁਨੀਆ ਦੇ ਸਾਰੀ ਮਿਟ ਜਾਣੀ। ਨਾਂ ਰਹਿਣਾ ਅੱਲਾ ਤੇ ਅੱਲਾ ਦੇ ਰਸੂਲ ਦਾ, ਯਾ ਦੀਨ ਇਸਲਾਮ ਦਾ, ਤੇ ਜੇ ਕੋਈ ਨਿਸ਼ਾਨ ਬਚਿਆ ਤੇ ਪਾਕਿਸਤਾਨ ਦਾ ਬਚਣਾ ਹੀ। ਅਮਰੀਕਾ ਅਮਰੀਕਾ ਅਮਰੀਕਾ, ਐ ਅਮਰੀਕਾ ਠੂ ਅਮਰੀਕਾ, ਐ ਅਮਰੀਕਾ ਸਾਨੂੰ ਸਾਨੂੰ ਬੇਵਕੂਫ ਸਮਝਦੇ ਅਮਰੀਕਾ ਵਾਲੇ। 17 ਸਾਲ ਪਹਿਲੇ ਸਾਡੇ ਕੋਲੋਂ $1,40,00,000 ਲਏ ਵੀ ਹਮ ਆਪਕੋ F-16 ਦੇ ਰਹੇ ਹੈ, 17 ਸਾਲਾਂ ਬਾਅਦ ਦੇਣ ਲੱਗੇ ਜਦੋਂ ਜਹਾਜ਼ ਵਿੰਗੇ ਹੋ ਗਏ। ਬਹੁਤ ਅੱਛੇ, ਅੱਛਾ ਬਈ ਬੁਸ਼ ਉਹ ਜੀਓ ਮੇਰਿਆ ਸਹੁਰਿਆ, ਹਯਾ ਨਹੀਂ ਆਉਂਦੀ ਸਾਨੂੰ F-16 ਉਹਨਾਂ ਨੂੰ F-18, ਉਹ ਜੀ ਹੋਏ। ਯਾਨੀ ਇੱਥੇ ਜਹਾਜ਼ ਲੜਦੇ? ਜਹਾਜ਼ ਨਹੀਂ ਲੜਦੇ, ਜਜ਼ਬੇ ਲੜਦੇ ਨਹੀਂ, ਲੱਗ ਜਾਏਗਾ ਪਤਾ ਜਦੋਂ ਆਹਮਣੇ ਸਾਹਮਣੇ ਹੋਵਾਂਗੇ। ਅਮਰੀਕਾ ਠੂ ਠੂ ਅਮਰੀਕਾ, ਮੈਂ ਨਹੀਂ ਭੇਜਣਾ ਆਪਣੇ ਪੁੱਤਰ ਨੂੰ ਅਮਰੀਕਾ। ਓਏ ਆਪੇ ਤਾਂ ਉਸ ਦਿਨ ਅਖਬਾਰ ਵਿੱਚ ਪੜਨ ਦੇ ਸੋ ਕਿ ਬਾਰ ਬਾਰ ਪਿਆ ਕਰਦੇ ਨੇ, ਉਹਨੂੰ ਜ਼ਰੇ ਮੁਬਾਦਲਾ ਕਹੀਦਾ। ਇਹਦੇ ਨਾਲ ਫਾਇਦਾ ਹੀ ਹੈ, ਜਾ ਕੰਮ ਕਰ ਕੋਈ ਫਾਇਦਾ ਨਹੀਂ, ਐਵੇਂ ਗੱਲਾਂ ਬਣੀਆਂ। ਚੁੱਕ ਆਪਣਾ ਅਮਰੀਕਾ ਤੇ ਦੌੜ ਜਾ ਇੱਥੋਂ। ਸ਼ੀਦਾ ਨੂੰ ਜਾਣਦੇ ਹੋ? ਜਿਹੜੀ ਸ਼ੀਦਾ ਜਿਹਦੇ ਪੈਰਾਂ ਤੇ ਮਹਿੰਦੀ ਲੱਗੀ ਹੁੰਦੀ, ਹਾਏ ਉਹਦੇ ਪੈਰਾਂ ਦੀ ਮਹਿੰਦੀ ਕਿੱਡੀ ਯਾਦ ਹੈ, ਤਾਂ ਮੇਰੇ ਹੱਥਾਂ ਦੀ ਮਹਿੰਦੀ ਕੋਈ ਯਾਦ ਨਹੀਂ। ਉਹ ਮਹਿੰਦ ਤੇਰੇ ਸਿਰ ਦੀ ਮਹਿੰਦੀ ਵੀ ਯਾਦ ਹੈ। ਓ ਕਿਸੇ ਨੌਜਵਾਨ ਮੁੰਡੇ ਨੇ ਸੁਣਤੇ ਨਹੀਂ ਦੇ, ਇੱਡੀ ਪਰੇਸ਼ਾਨ ਹੋਣ ਡਈ। ਯਾਦ ਜੇ ਮੇਰੇ ਕੋਲੋਂ ਥੋਮ ਲੈ ਕੇ ਹਾਂਡੀ ਚਾੜਦੀ ਹੁੰਦੀ ਸੀ। ਆ ਆਰਾਮ ਨਾਲ ਗੱਲ ਕਰਿਆ ਕਰੋ। ਆਹੋ ਆਹੋ, ਨਹੀਂ ਮੈਨੂੰ ਯਾਦ ਆ ਗਿਆ, ਕੀ ਹੋਇਆ, ਫੌਤ ਹੋ ਗਈ? ਤੈਨੂੰ ਕੀ ਪਤਾ ਕੀ ਵਿਗੜਦਾ ਮੁਹੱਲੇ ਚੋਂ? ਇੱਕ ਮੁੰਡਾ ਟੁਰ ਜਾ ਬਾਹਰਲੇ ਮੁਲਕ, ਬਾਕੀ ਮੁੰਡੇ ਅਹਿਸਾਸ ਕਮਤਰੀ ਦਾ ਸ਼ਿਕਾਰ ਹੋ ਜਾਂਦੇ, ਨਸ਼ੇ ਕਰਦੇ, ਕੰਮ ਕਰਦੇ ਕੋਈ ਨਹੀਂ। ਆ ਜਿਹੜਾ 36,000 ਬੰਦਾ ਪਹਿਲੇ ਅਮਰੀਕਾ ਗਿਆ, ਉਹਨਾਂ ਨੇ ਕੀ ਕਰ ਲਿਆ? ਸ਼ਰਮ ਨਹੀਂ ਆਉਂਦੀ? ਪਾਕਿਸਤਾਨ ਆਉਂਦੇ ਐਡੀਡੀਆਂ ਬਣੇ ਨਾ, ਐਡੇ ਐਡੇ ਬੂਟ, ਹਰੇ ਉੱਥੇ ਸੜਕਾਂ ਬਣਾਉਂਦੇ। ਕੁਛ ਵੀ ਹੋ ਜਾਏ ਮੇਰਾ ਫਿੱਕਾ ਅਮਰੀਕਾ ਜਾਵੇ ਹੀ ਜਾਵੇ। ਕੁਛ ਵੀ ਹੋ ਜਾਏ ਤੈਨੂੰ ਗੋਲੀ ਵੱਜੇ ਹੀ ਵੱਜੇ। ਕਿਉਂ? ਆ ਜਿਹੜੇ ਤੂੰ ਜਲਸੇ ਸ਼ੁਰੂ ਕਰਤੇ ਨੇ ਸਾਹਮਣੇ, ਉਹ ਸਿੱਧੀ ਗੋਲੀ ਆਉਣੀ, ਉਹ ਕਿਧਰੇ ਕੱਢ ਨਾ ਮਾਰੀ ਤਿਲਕ ਕੇ ਮੈਨੂੰ ਵੱਜਣੀ। ਅੱਛਾ ਨਹੀਂ ਜੇ ਨਾ ਭੇਜਣਾ? ਨਹੀਂ ਨਹੀਂ ਨਹੀਂ। ਠੀਕ ਹੈ, ਫਿਰ ਲੰਗੜੇ ਮਰਾਸੀ ਦਾ ਕੀ ਕਰਨਾ ਜੀ? ਲੰਗੜੇ ਮਰਾਸੀ ਦਾ ਕੀ ਕਰਨਾ? ਆਹੋ ਉਹਨੂੰ ਫੌਜ 'ਚ ਕੈਪਟਨ ਭਰਤੀ ਕਰਾ ਦੀ। ਉਹਨੂੰ ਕੀ ਹੋਇਆ? ਉਹਦੇ ਕੋਲ ਕੁਝ ਦਿਨ ਸਬਜ਼ੀ ਉਧਾਰ ਲਈਏ, ਉਹਨੇ ਤਾਂ 1200 ਰੁਪਈਆ ਬਣਾ ਛੱਡਿਆ। 1200 ਹੀ ਬਣਨਾ ਜਿੱਡੀ ਮਹਿੰਗਾਈ ਹੈ? ਜਦੋਂ ਵੀ ਬਾਹਰ ਜਾਂਦੀ ਆ ਆਉਂਦੇ ਜਾਂਦੇ ਇਸ਼ਾਰੇ ਕਰਦਾ। ਉਹ ਲੰਗੜਾ ਤੈਨੂੰ ਇਸ਼ਾਰੇ ਕਰਦਾ? ਆਹੋ ਮਰ ਗਿਆ ਮੇਰੇ ਇੱਥੋਂ, ਅੱਜ ਉਹਦੀ ਲਾਸ਼ ਆਉਣੀ ਆ। ਪਰ ਮੈਨੂੰ ਯਾਦ ਆਇਆ ਉਹਦੀ ਦੂਜੀ ਲੱਤ ਠੀਕ ਹੈ। ਐਵੇਂ ਦਲੇਰੀ ਚ ਗੱਲ ਹੀ ਨਾ ਪੈ ਜੇ। ਮੇਰਾ ਮਤਲਬ ਹੈ ਕਿ ਸਬਜ਼ੀ ਦੇ ਪੈਸੇ ਮੰਗਦਾ। ਉਹ ਤਾਂ ਮੰਗਣੇ ਨਹੀਂ ਉਹਨੇ,
ਇੰਨੀ ਸਬਜ਼ੀ ਤੇ ਰੋਜ਼ ਚਾੜਨੀ ਹੈ ਤੇ ਨਾ ਇੰਨੀ ਖਾਇਆ ਕਰੋ ਨਾ ਖਾਇਆ ਕਰੋ ਏਡੀ ਮਹਿੰਗੀ ਸਬਜ਼ੀ ਨੂੰ ਤੇ ਅੱਗ ਲੱਗੀ ਪਈ ਆ ਸਬਜ਼ੀ ਵਾਲਿਆਂ ਨੂੰ ਪੁੱਛੋ ਭਾਅ ਜੀ ਸਬਜ਼ੀ ਕਿਉਂ ਮਹਿੰਗੀ ਕਹਿੰਦੇ ਜੀ ਠੇਕੇਦਾਰ ਨੂੰ ਪੁੱਛੋ ਉਹ ਠੇਕੇਦਾਰ ਨੂੰ ਪੁੱਛੋ ਉਹ ਕਹਿੰਦੇ ਗੌਰਮੈਂਟ ਨੂੰ ਪੁੱਛੋ ਉਹ ਗੌਰਮੈਂਟ ਨੂੰ ਪੁੱਛੋ ਉਹ ਕਹਿੰਦੇ ਇਰਾਕ ਤੇ ਅਫਗਾਨਿਸਤਾਨ 'ਚ ਜੰਗ ਲੱਗੀ ਹੈ ਓਏ ਉੱਥੇ ਬੰਬ ਚੱਲਦੇ ਕਿ ਹਲਵਾ ਕੱਦੂ ਰੋਜ਼ ਨਵਾਂ ਬਜਟ ਯਾਰ ਰੋਜ਼ ਨਵਾਂ ਬਜਟ ਹਰ 24 ਘੰਟੇ ਬਾਅਦ ਤੇ ਨਵਾਂ ਬਜਟ ਆ ਜਾਂਦਾ ਇਸ ਗੌਰਮੈਂਟ ਨੂੰ ਵੀ ਹਜ਼ਾਰ ਤੇ ਹੈ ਹੀ ਨਹੀਂ ਨਾ ਤੈਨੂੰ ਪਤਾ ਪੈਟਰੋਲ ਦੇ ਲੀਟਰ ਦਾ ਕੀ ਰੇਟ ਹੋ ਗਿਆ ਤੈਨੂੰ ਕੀ ਲੱਗਿਆ ਨਾ ਤੂੰ ਪੈਟਰੋਲ ਤੇ ਨਾ ਡੀਜ਼ਲ ਤੇ ਨਾ CNG ਐਵੇਂ ਟੈਨਸ਼ਨ ਲੈਣ ਲਈ ਯਾਰ ਕੋਈ ਨਾ ਕੋਈ ਤੇ ਹਜ਼ਾਰ ਆਉਂਦੀ ਬੰਦੇ ਨੂੰ 6 ਘੰਟੇ ਬਾਅਦ ਤੇ ਨਵਾਂ ਬਜਟ ਆ ਜਾਂਦਾ ਇਹ ਜਿਸ ਤਰ੍ਹਾਂ ਮਹਿੰਗਾਈ ਹੋ ਰਹੀ ਨਾ